ਕਿਸਾਨ ਦੋਸਤੋ ਝੋਨੇ ਦੇ ਵਿੱਚ ਇੱਕਾ ਹਰਾ ਜਾਂ ਜਾਂ ਇਹ ਪੂਰੇ ਜੇ ਰੰਗ ਦਾ ਕੀੜਾ ਫਿਰਦਾ ਹੈ ਇਹਦੀ ਖਾਸੀਅਤ ਇਹ ਹੁੰਦੀ ਹੈ ਕਿ ਇਹਦੇ ਦੋ ਮੁੱਛਾਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਐਂਟੀਨਾ ਕਹਿੰਦੇ ਆ ਤੇ ਕਿਸਾਨ ਵੀਰ ਇਹਨੂੰ ਝੋਨੇ ਦਾ ਤੇਲਾ ਜਾਂ ਝੋਨੇ ਦਾ ਟਿੱਡਾ ਸਮਝ ਕੇ ਸਪਰੇਅਾਂ ਕਰੀ ਜਾਂਦੇ ਆ ਸਪਰੇਅਾਂ ਦਾ ਮਰਦਾ ਨਹੀਂ ਤਾਂ ਇਹ ਜੋ ਫੋਟੋ ਦੇਖ ਰਹੀ ਹਾਂ ਹਰੇ ਰੰਗ ਦਾ ਜਾਂ ਪੂਰੇ ਰੰਗ ਦਾ ਇਹ ਜੋ ਕੀੜਾ ਹੈਗਾ ਜਿਹੜੀਆਂ ਇੱਕ ਦੋ ਮੁੱਛਾਂ ਲੱਗੀਆਂ ਹੈ ਜਿਹੜਾ ਕਿ ਬੜੀ ਤੇਜ਼ੀ ਦੇ ਨਾਲ ਝੋਨੇ ਦੇ ਤਣੇ ਦੇ ਉੱਤੇ ਘੁੰਮਦਾ ਤੇ ਬਹੁਤ ਵੱਡੀ ਸੰਖਿਆ ਦੇ ਵਿੱਚ ਹੈ ਇਹ ਝੋਨੇ ਦਾ ਤੇਲਾ ਨਹੀਂ ਹੈਗਾ ਇਹਦੇ ਤੋਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਜਿਹੜਾ ਝੋਨੇ ਦਾ ਤੇਲਾ ਜਾਂ ਟਿੱਡਾ ਹੈਗਾ ਉਹ ਆ ਹੁੰਦਾ ਹੈ ਇਹਦੇ ਮੁੱਛਾਂ ਨਹੀਂ ਲੱਗੀਆਂ ਹੁੰਦੀਆਂ ਐਡੀਆਂ ਵੱਡੀਆਂ ਇਹ ਤੇਜ਼ੀ ਨਾਲ ਨਹੀਂ ਭਜਦਾ ਇਹ ਟੇਡਾ ਤੁਰਦਾ ਹੈ ਇਸ ਕਰਕੇ ਘਬਰਾਓ ਨਾ ਐਵੇਂ ਇਹਨੂੰ ਦੇਖ ਕੇ ਸਪਰੇਅ ਨਾ ਕਰੋ ਜਿਹੜਾ ਟਿੱਡਾ ਹੈਗਾ ਹੌਪਰ ਹੈਗਾ ਉਹ ਇਹ ਵਾਲਾ ਹੈਗਾ ਤਾਂ